ਸਤਿ ਸ਼੍ਰੀ ਅਕਾਲ ਦੋਸਤੋ, ਮਾਡਰਨ ਖੇਤੀ ਟੀਵੀ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਹਾਂ। ਆਪਾਂ ਨੇ 24 ਸਤੰਬਰ 2024 ਨੂੰ ਝੋਨਾ ਵੱਢਿਆ ਸੀਗਾ ਬਾਸਮਤੀ 1692, ਅਤੇ ਇਹਦੇ ਵਿੱਚ ਆਪਣਾ ਜਿਵੇਂ 24 ਸਤੰਬਰ ਨੂੰ ਵੱਢਿਆ ਸੀ, ਆਪਾਂ ਵੀਡੀਓ ਚੈਨਲ ਦੇ ਉੱਤੇ ਪਾਈ ਸੀਗੀ, ਜਮ੍ਹਾਂ ਬੀਸ਼ੀ ਹੋਈ ਸੀਗੀ ਜੀਰੀ ਆਪਣੀ, ਅਤੇ ਗਿਰ ਗਈ ਸੀਗੀ ਜਮ੍ਹਾਂ ਮੈਟ ਵਾਲੀ। ਉਹ ਗੱਲ ਸੀਗੀ, ਮੰਨ ਲਓ ਕੋਈ ਕੋਈ ਹਰਾ ਪੌਦਾ ਖੜਾ ਸੀ, ਵੀਡੀਓ ਜਿਨ੍ਹਾਂ ਨੇ ਦੇਖੀ ਆ ਉਹਨਾਂ ਨੇ ਦੇਖਿਆ ਹੀ ਹੋਊਗਾ ਵੀਡੀਓ ਦੇ ਵਿੱਚ। ਅਤੇ ਜੇ ਆਪਾਂ ਦੂਜੇ ਨੰਬਰ 'ਤੇ ਗੱਲ ਕਰੀਏ ਵੀ ਮੰਡੀ, ਆਪਾਂ ਰਾਜਪੁਰੇ ਲੈ ਕੇ ਗਏ ਸੀਗੇ, ਅਤੇ ਰਾਜਪੁਰਾ ਮੰਡੀ ਆਪਾਂ ਨੂੰ 27-28 ਕਿਲੋਮੀਟਰ ਲਗਭਗ ਪੈਂਦੀ ਹੈ ਆਪਣੇ ਪਿੰਡ ਤੋਂ, ਅਤੇ ਨਾਭਾ ਮੰਡੀ ਥੋੜ੍ਹੀ ਜਿਹੀ ਦੂਰ ਪੈ ਜਾਂਦੀ ਹੈ, ਇਹਦੇ ਨਾਲੋਂ 10 ਕਿਲੋਮੀਟਰ ਮੰਨ ਲਓ। ਅਤੇ ਰਾਜਪੁਰੇ ਆਪਾਂ ਲੈ ਕੇ ਗਏ ਸੀਗੇ, ਰੇਟ ਉੱਥੇ ਟੋਪ ਜਿਹੜੇ ਲੱਗੇ ਸੀਗੇ ਢੇਰੀਆਂ ਦੇ, ਉਹ 2660 ਰੁਪਈਆ ਹਾਈਐਸਟ ਰੇਟ ਸੀਗਾ, ਅਤੇ ਮਿਨੀਮਮ ਦੀ ਜੇ ਗੱਲ ਕਰੀਏ 2450 ਰੁਪਈਏ ਸੀ। 2450 ਵਾਲੀ ਢੇਰੀ ਸੀ ਜਿਹੜੀ, ਉਹਦੇ ਵਿੱਚ ਪਰਮਲ ਜੀਰੀ ਆ ਜਿਹੜੀ ਮੋਟੀ ਜੀਰੀ, ਉਹਦੇ ਦਾਣੇ ਸੀਗੇ ਵਿੱਚ ਮਿਕਸਿੰਗ ਸੀ, ਉਹਦੇ ਕਰਕੇ 2450 ਲੱਗਿਆ। ਨਹੀਂ ਵੈਸੇ ਜਿਵੇਂ ਆਮ ਬਾਸਮਤੀ ਦਾ ਰੇਟ ਆ, ਜਿਹੜਾ ਸਹੀ ਬਾਸਮਤੀ ਦਾ, ਉਹ 2450-2250 ਰੁਪਈਏ ਮਿਨੀਮਮ ਸੀਗਾ, 2550 ਤੋਂ ਲੈ ਕੇ 2660 ਰੁਪਈਆ ਰਹਿਣ ਦਿੰਦੇ ਚੱਕ ਦੇ। ਅਤੇ ਆਪਣੀ ਢੇਰੀ ਜਿਹੜੀ ਲੱਗੀ ਸੀ ਉਹ 2645 ਰੁਪਈਏ ਅਜੇ ਤਾਂ ਨਿਕਲ ਰਹੀ ਆ ਜਿਹੜੀ ਪ੍ਰਤੀ ਕੁਇੰਟਲ ਦੇ ਨਾਲ ਬੋਲੀ ਹੋਈ ਸੀਗੀ ਉਹਦੀ। ਅਤੇ ਜੇ ਦੂਜੇ ਨੰਬਰ 'ਤੇ ਆਪਾਂ ਝਾੜ ਦੀ ਗੱਲ ਕਰੀਏ, ਝਾੜ ਉਹਦਾ ਆਇਆ ਆਪਣੇ ਕੋਲ 5 ਕੁਇੰਟਲ 10 ਕਿਲੋ ਬੀਕੇ ਦਾ। ਅਤੇ ਜੇ ਆਪਾਂ ਏਕੜ ਦੀ ਗੱਲ ਕਰੀਏ ਤਾਂ 24.5 ਕੁਇੰਟਲ ਬਣਦਾ, 24 ਕੁਇੰਟਲ 50 ਕਿਲੋ ਲੈ ਗਏ। ਅਤੇ ਜੇ ਆਪਾਂ ਜਿਵੇਂ ਅਸੀਂ ਹਿਸਾਬ ਲਾਉਂਦੇ ਹਾਂ ਆਪਾਂ 5 ਬੀਕੇ ਵਾਲੇ ਕਿੱਲਿਆਂ ਦਾ, ਤਾਂ ਉਹ 25 ਕੁਇੰਟਲ 50 ਕਿਲੋ ਬਣ ਜਾਂਦਾ। ਅਤੇ ਏਕੜ ਦਾ ਜਾਣੀ 24 ਕੁਇੰਟਲ 50 ਕਿਲੋ ਬਣਦਾ, ਅਤੇ ਬੀਘੇ ਦਾ ਆਪਣਾ 5 ਕੁਇੰਟਲ 10 ਕਿਲੋ ਝਾੜ ਆਇਆ। ਅਤੇ ਕੈਲਕੂਲੇਸ਼ਨ ਬਾਕੀ ਅੱਗੇ ਤੁਸੀਂ ਕਰ ਲਿਓ ਹੁਣ, ਹੈ ਨਾ ਵੀ ਜਿਵੇਂ ਹੁਣ ਕਿੱਲਾ ਚੱਲ ਪੈਸਿਆਂ 'ਚ ਘੱਟ ਗਿਆ, ਕੈਲਕੂਲੇਸ਼ਨ ਆਪਾਂ ਨੇ ਕਾਹਨੂੰ ਵੀਡੀਓ ਦੇ ਵਿੱਚ ਕਰਕੇ ਦਿਖਾਉਣੀ ਆ, ਤੁਸੀਂ ਹੁਣ ਕੈਲਕੂਲੇਟਰ ਮਾਰ ਲਿਓ ਵੀ ਕਿੰਨੇ ਰੁਪਈਆਂ ਦਾ ਕਿੱਲਾ ਹੋਇਆ। ਅਤੇ ਐਤਕੀ ਵੈਸੇ ਵਿੱਚ DSR ਕੀਤੀਆਂ ਹੋਈਆਂ ਸੀਗੀਆਂ ਬਾਸਮਤੀਆਂ, ਇੱਧਰ ਆਪਣਾ ਤਰਨ ਤਾਰਨ ਏਰੀਆ ਅਤੇ ਉੱਧਰ ਵੀਰ ਕਰਦੇ ਨੇ, ਕਾਫੀ ਵਿੱਚ ਘੱਟ ਵੀ ਝਾੜ ਆਏ ਨੇ, 35-40 ਹਜ਼ਾਰ ਰੁਪਈਏ ਦਾ ਕਿੱਲਾ ਵੀ ਮੰਨ ਲਓ ਹੋਇਆ, ਕਿਉਂਕਿ ਉੱਥੇ ਜਿੱਥੇ ਝਾੜ 12-13-14 ਕੁਇੰਟਲ ਤੱਕ ਰਹਿ ਗਿਆ। ਪਰ ਆਪਣੇ 2024 ਦੇ ਵਿੱਚ ਇਸ ਵਾਰ ਸਤੰਬਰ ਅਕਤੂਬਰ ਦਾ ਇਹ ਫਿਰ ਵੀ ਝਾੜ ਆਪਣੇ ਸਹੀ ਨੇ, ਜਿੰਨੇ ਹੋਰ ਵੀ ਸਾਰੇ ਵੀਰਾਂ ਦੇ 25 ਕੁਇੰਟਲ 26 ਕੁਇੰਟਲ, ਅਤੇ ਮਿਨੀਮਮ ਜਿਹੜਾ ਝਾੜ ਆ ਉਹ 22-23 ਕੁਇੰਟਲ ਹੈਗਾ ਕਿੱਲੇ ਦਾ। ਅਤੇ 22-23 ਤੋਂ ਲੈ ਕੇ ਮੰਨ ਲਓ 26 ਤੱਕ ਸਾਡੇ ਹਾਈਐਸਟ ਗਿਆ, ਬਾਕੀ ਇਸ ਤੋਂ ਬਾਅਦ ਵੱਧ ਤਾਂ ਹਜੇ ਕਿਸੇ ਦਾ ਮੰਨ ਲਓ ਨਹੀਂ ਸੁਣਿਆ ਹੈਗਾ। ਅਤੇ ਦੂਜੇ ਨੰਬਰ 'ਤੇ ਕੱਲ੍ਹ ਆਪਾਂ 24 ਨੂੰ ਵੱਢੀ ਸੀਗੀ ਅਤੇ 25 ਨੂੰ ਵੇਚਤੀ ਸੀ, ਅਤੇ 26 ਨੂੰ ਸਵੇਰੇ ਹੀ ਸਾਜਰੇ 7-7:30 ਵਜੇ ਬਾਰਿਸ਼ ਆ ਗਈ ਸੀ। ਵੀਡੀਓ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਅਸੀਂ ਪਾਣੀ ਨਹੀਂ ਲਾਇਆ ਹੋਇਆ ਹੈਗਾ, ਅਤੇ ਬਾਰਿਸ਼ ਵੀ ਜਿਹੜੀ ਆਈ 26 ਤਰੀਕ ਨੂੰ ਸਵੇਰੇ, ਮੰਨ ਲਓ ਤੁਸੀਂ 2 ਘੰਟੇ ਬਾਰਿਸ਼ ਪਈ ਆ, 1.5 ਘੰਟਾ ਬੇਹਿਸਾਬ ਏ ਪਾਣੀ ਉਹ ਗਿਰੇ ਆ। ਅਤੇ ਵੀ ਇਹ ਹੁਣ ਪਾਣੀ ਖਾ ਗਏ ਖੇਤ ਕੁਛ, ਜਿਵੇਂ ਉੱਧਰ ਨੂੰ ਦੇਖ ਸਕਦੇ ਹੋ ਤੁਸੀਂ ਵੀ ਘੱਟ ਲੱਗਦਾ ਨਾ ਜਿਵੇਂ ਉੱਥੇ ਕਿਸੇ ਨੂੰ, ਇਹ ਪਾਣੀ ਖਾ ਗਏ ਖੇਤ, ਅਤੇ ਫੁੱਲੇ ਪਾਣੀ ਖੜ੍ਹਾ ਸੀਗਾ ਕਾਚੇ ਜੇ, ਤਾਂ ਮੰਨ ਲਓ ਤੁਸੀਂ ਵਿੱਚੇ ਡੁੱਬੇ ਹੋਏ ਸੀਗੇ, ਇੰਨਾ ਇੰਨਾ ਪਾਣੀ ਸੀਗਾ। ਆਹ ਜਿਹੜੇ ਛੋਟੇ ਛੋਟੇ ਕਰਚੇ ਨਾ 4-5 ਉਂਗਲ ਦੇ, ਇਹ ਪਾਣੀ ਵਿੱਚੇ ਸੀਗਾ। ਬਾਕੀ ਆਪਾਂ ਜੀਰੀ ਦੇਖਦੇ ਹਾਂ ਉੱਧਰ ਆਪਣੀ, ਇਹ ਝੋਨਾ ਵੀ ਆਪਣਾ ਇਹਦਾ ਮੋਟਾ ਹੀ ਝੋਨਾ, ਅਤੇ ਪੱਕੇ ਗਏ ਨੇ ਸਾਰੇ ਇਹ, ਜਿਵੇਂ ਹੁਣ PR 126 ਵਰਾਇਟੀਆਂ ਨੇ ਜਾਂ ਹੋਰ 27 ਵਗੈਰਾ,
ਲਗਭਗ ਸਾਰੇ ਹੁਣ ਇਹ ਤਿੰਨ ਚਾਰ ਦਿਨ ਨੂੰ ਵੱਢਣੇ ਵਾਲਾ ਖੇਤ ਸੀਗਾ ਤੇ ਪਰ ਹੁਣ ਪਾਣੀ ਇੰਨਾ ਖੜ ਗਿਆ ਖੇਤਾਂ ਦੇ ਵਿੱਚ ਚਾਰ ਚਾਰ ਉਂਗਲ ਪੰਜ ਪੰਜ ਉਂਗਲ ਖੜਾ ਖਾ ਵੀ ਗਏ ਕੁਛ ਖੇਤ ਤੇ ਵੀ ਇਹਦਾ ਹੁਣ ਮਤਲਬ ਇਹ ਨਹੀਂ ਹੈਗਾ ਚਾਰ ਪੰਜ ਦਿਨ ਨੂੰ ਵੱਢਿਆ ਜਾਊਗਾ ਸਾਡੇ ਜਿਵੇਂ ਪਾਣੀ ਲਾਉਣ ਤੋਂ ਬਾਅਦ ਅੱਠ ਦਿਨ ਬਾਅਦ ਕੰਬਾਈਨ ਚੱਲ ਜਾਂਦੀਆਂ ਨੇ ਪਰ ਹੁਣ ਇਹ ਪਾਣੀ ਉਹ ਇਹਨੇ ਕਈ ਦਿਨ 'ਚ ਖਾਣਾ ਕਿਉਂਕਿ ਜ਼ਿਆਦਾ ਭਰ ਗਿਆ ਇਹ ਹੁਣ ਆਪਾਂ ਖੂੰਜੇ ਕੋਈ ਜ਼ਿਆਦਾ ਉੱਚੇ ਨਹੀਂ ਹੈਗੇ ਸਾਡੇ ਬਿਲਕੁਲ ਪੱਧਰ ਖੂੰਜੇ ਨੇ ਇਹਨਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਵੀ ਪਾਣੀ ਖੜਾ ਹਜੇ ਦੋ ਦੋ ਤਿੰਨ ਤਿੰਨ ਉਂਗਲ ਕੱਢਿਆ ਇੱਧਰ ਆਪਣਾ ਆਹ ਝੋਨਾ ਜਿਹੜਾ ਹਰ ਹੈ ਆਹ ਤਾਂ ਖੇਤ ਚੱਲ ਉੱਚੇ ਨੇ ਅੱਗੇ ਨੀਵਾਂ ਖੇਤ ਵੀ ਹੈਗਾ ਹਰੇ ਝੋਨੇ ਵਾਲਾ ਅਤੇ ਉਹਦੇ ਵਿੱਚ ਹੁਣ ਕੱਢਾਂਗੇ ਚਲੋ ਪੱਕਿਆਂ ਦਾ ਪਾਣੀ ਜਿੰਨਾ ਕੁ ਨਿਕਲ ਗਿਆ ਉੱਪਰੋਂ ਉੱਪਰੋਂ ਬਾਕੀ ਚੱਲ ਖਾ ਜਾਣਗੇ ਬਾਕੀ ਗਿਰਿਆ ਗਿਰਨੇ ਵਾਲੀ ਜਿਹੜੀ ਗੱਲ ਕਰੀਏ ਆਪਾਂ ਵੀ ਗਿਰਿਆ ਵਾ ਉਹ ਇੱਧਰ ਤੁਸੀਂ ਦੇਖ ਸਕਦੇ ਹੋ ਅੱਗੇ ਆਪਾਂ ਮੈਂ ਤੁਹਾਨੂੰ ਨਾਲ ਅੱਗੇ ਜਾ ਕੇ ਵੀ ਦੇਖਦੇ ਹਾਂ ਗਾਹਾਂ ਵੀ ਗਿਰੇ ਵੇ ਨੇ ਕਈ ਖੇਤ ਵਿੱਚ ਜਿਹੜੇ ਜਿੱਥੇ ਪਾਣੀ ਪੂਣੀ ਲੱਗੇ ਵੇ ਸੀਗੇ ਮਾੜੇ ਮੋਟੇ ਨਰਮ ਸੀਗੇ ਹਰੇ ਖੇਤ ਉਹਨਾਂ ਦੇ ਵਿੱਚ ਤਾਂ ਮੈਟੇ ਬਣ ਗਏ ਆਹ ਵੀ ਗਿਰਿਆ ਦੇਖੋ ਇਹਨੂੰ ਵੀ ਪਾਣੀ ਆਪਣਾ ਖੇਤ ਨੂੰ ਲਾਇਆ ਹੋਇਆ ਸੀਗਾ ਇਹ ਚਲੋ ਉਨਾ ਨਹੀਂ ਗਿਰਿਆ ਵੀ ਫਿਰ ਵੀ ਬਚਾਓ ਹੈ ਪਰ ਜਿੱਥੇ ਗਿਰਿਆ ਜਿਵੇਂ ਆਹ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਕਹਿ ਲਈਏ ਵੀ ਮੈਟ ਜਾਂ ਬਣਨੇ ਵਾਲਾ ਹੀ ਕੰਮ ਹੈ ਪਰ ਖਾਏਗੀ ਚਲੋ ਥੋੜ੍ਹੀ ਹੈ ਡੈਡੀ ਦੇਖ ਸਕਦੇ ਹੋ ਅਸੀਂ ਵੀ ਕਿਹੜੇ ਹਿਸਾਬ ਨਾਲ ਹੁਣ ਜਮਾਂ ਗਿਰਿਆ ਇਹ ਡੈਡੀ ਪੈ ਗਈ ਬਾਕੀ ਉੱਧਰ ਪੱਕਿਆ ਵਾ ਝੋਨਾ ਦੇਖਦੇ ਹਾਂ ਆਪਾਂ ਕਾਫੀ ਜ਼ਿਆਦਾ ਗਿਰਿਆ ਵਾ ਇੱਥੇ ਹੁਣ ਸਾਰੀਆਂ ਉਹੀ ਗੱਲ ਆ ਵੀ ਪਰਮਾਤਮਾ ਦੇ ਅੱਗੇ ਕਾਹਨੂੰ ਸਲਾਹਾਂ ਚੱਲਦੀਆਂ ਨੇ ਜਿਵੇਂ ਉਹਨੇ ਕਰਨਾ ਉਵੇਂ ਹੀ ਕਰਨਾ ਬਾਕੀ ਏਰੀਏ ਦੀ ਜੇ ਗੱਲ ਕਰੀਏ ਇੱਧਰ ਰਾਜਪੁਰਾ ਏਰੀਆ ਵਿੱਚ ਕਾਫੀ ਜ਼ਿਆਦਾ ਮੀਂਹ ਪੈ ਗਿਆ ਉੱਥੋਂ ਲੈ ਕੇ ਇੱਧਰ ਭਾਰਸੋਂ ਤੱਕ ਮੀਂਹ ਪਿਆ ਅਮਲੋਹ ਏਰੀਏ ਦੇ ਵਿੱਚ ਬਿਲਕੁਲ ਹੀ ਮੀਂਹ ਨਹੀਂ ਹੈਗਾ ਅਤੇ ਇੱਧਰ ਪਟਿਆਲੇ ਵੱਲ ਕਾਫੀ ਮੀਂਹ ਆ ਕੱਲ੍ਹ ਅਸੀਂ ਉੱਧਰ ਗਏ ਸੀਗੇ ਸਮਾਣੇ ਵੱਲ ਸੇਖੂਪੁਰ ਤੱਕ ਮੀਂਹ ਸੀਗਾ ਗੁਰਦੁਆਰਾ ਸਾਹਿਬ ਆ ਜਿੱਥੇ ਆਪਣਾ ਬਾਬੇ ਢੰਡਰੀਆਂ ਵਾਲੇ ਦਾ ਉੱਥੇ ਸੀ ਹੈਗਾ ਮੀਂਹ ਸੇਖੂਪੁਰ ਤੱਕ ਅਤੇ ਉਹ ਤੋਂ ਅੱਗੇ ਕਣੀ ਵੀ ਨਹੀਂ ਹੈਗੀ ਬਿਲਕੁਲ ਵੀ ਅੱਗੇ ਪਿੰਡ ਨੇ ਜਿਹੜੇ ਆਪਣਾ ਕਲਬੁਰਸ਼ਾ ਨਦਾਮਪੁਰ ਕਾਲੇ ਝਾੜ ਚੰਨੋ ਉੱਥੇ ਜਮਾਂ ਹੀ ਮੀਂਹ ਨਹੀਂ ਹੈਗਾ ਉਰੇ ਜਾਣੀ ਬੇਸਹਾਬ ਪੈ ਗਿਆ ਫੁੱਲ ਪਾਣੀ ਖੜਾ ਅੱਗੇ ਆਪਣੇ ਵੀ ਖੇਤ ਕਾਫੀ ਜ਼ਿਆਦਾ ਗਿਰੇ ਵੇ ਨੇ ਇਹ ਆਪਣੇ ਹੁਣ 12-13 ਕਿੱਲੇ ਪੱਕੇ ਹੋਏ ਸੀਗੇ ਬਿਲਕੁਲ ਇਹ ਜਿਹੜੇ ਆਪਾਂ ਨੇ 3-4 ਦਿਨ ਨੂੰ ਵੱਢਣੇ ਸੀ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਜਾਣੀ ਛਿੱਟੇ ਦੇ ਵਿੱਚ ਹੁਣ ਇੱਕ ਵੀ ਦਾਣਾ ਹਰਾ ਨਹੀਂ ਹੈਗਾ ਆਹ ਚਲੋ ਫਿਰ ਵੀ ਠੀਕ ਨੇ ਖੇਤ ਟੇਢੇ ਕੋਡੇ ਜੇ ਹੋਏ ਨੇ ਇਹਨਾਂ ਦਾ ਚੱਲ ਜਾਊਗਾ ਬੱਤ ਵੀ ਇਹ ਟਾਈਮ ਨਾਲ ਆ ਜਾਣਗੇ ਅਤੇ ਹਵਾ ਨਾਲ ਵਿੱਚ ਬਹੁਤ ਸੀਗੀ ਹਨੇਰੀ ਦਾ ਤਾਂ ਇੰਨਾ ਸੀ ਪ੍ਰਕੋਪ ਵੀ ਬੇਸਹਾਬ ਸੀ ਆਹ ਹੁਣ ਦੇਖੋ ਉੱਧਰ ਹਰੀ ਜੀਰੀ 'ਚ ਨੂੰ ਲਾਇਆ ਨਿੱਕਾ ਅਤੇ ਵੀ ਚਲੋ ਜੇ ਥੋੜ੍ਹਾ ਜਿਹਾ ਨਿਕਲ ਜੂਗਾ ਪਾਣੀ ਤਾਂ ਥੋੜ੍ਹਾ ਜਿਹਾ ਇੱਕ ਅੱਧਾ ਦਿਨ ਛੇਤੀ ਪਹਿਲਾਂ ਬੱਤ ਆ ਜੂ ਇੱਕ ਦੋ ਦਿਨ ਬਾਕੀ ਹੁਣ ਉਕਣ ਮਨ ਖੁਸ਼ ਵਾਲੀ ਗੱਲ ਤਾਂ ਨਹੀਂ ਹੈਗੀ ਆ ਦੇਖੋ ਤੁਸੀਂ ਗਿਰੇ ਵੇ ਹੀ ਨੇ ਹੁਣ ਗਿਰੇ ਗਿਆ ਇਹ ਝੋਨਾ ਹੁਣ ਆਹ ਖੇਤ ਥੋੜ੍ਹਾ ਜਿਹਾ ਫਿਰ ਵੀ ਘੱਟ ਗਿਰਿਆ ਵਾ ਆਹ ਤਾਂ ਜਾਣੀ ਮੰਨ ਲਓ ਜ਼ਿਆਦਾ ਟੇਢਾ ਹੋਇਆ ਵਾ ਖੇਤ ਉਹ ਉੱਧਰ ਪਰਲੀ ਸਾਈਡ ਹੁਣ ਵੀਡੀਓ ਦੇ ਵਿੱਚ ਘੱਟ ਦੇਖਦਾ ਪਤਾ ਨਹੀਂ ਲੱਗਦਾ ਇੰਨਾ ਚੱਲ ਜ਼ੂਮ ਕਰਕੇ ਦੇਖਦੇ ਆਪਾਂ ਫਿਰ ਵੀ ਉੱਧਰ ਤਾਂ ਜਮਾਂ ਹੀ ਚਿਪਕੀ ਨਾਲੇ ਜਿਵੇਂ ਆਪਣੀ ਬਾਸਮਤੀ ਸੀਗੀ ਉਹਦੇ ਵਾਂਗ ਹੀ ਹੋਊਗੀ ਆਹ ਦੇਖੋ
ਕਿੱਥੇ ਉਹ ਪਰਲੀ ਜੀਰੀ ਜਿਹੜੀ ਹਰੀ ਖੜੀ ਆ ਉਹਦੇ ਨਾਲ ਉੱਚੀ ਸੀ ਇਹ, ਕਿੱਥੇ ਹੁਣ ਉਹ ਐਨ ਜੜਾਂ ਤੋਂ ਦਿਖ ਰਹੀ ਆ। ਬਾਕੀ ਠੀਕ ਆ ਦੋਸਤੋ, ਫਿਰ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ, ਹੈ ਨਾ। ਜਿਹੜੇ ਦੋਸਤਾਂ ਨੇ ਸਾਰੀ ਵੀਡੀਓ ਦੇਖੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਜਿਹੜੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਵੀਰਿਓ ਮਾੜਾ ਜਿਹਾ ਮੰਨ ਲਓ ਦੇਖ ਲਿਆ ਕਰੋ ਤੁਸੀਂ, ਹੈ ਨਾ। ਵੀ ਕਈ ਵਾਰੀ ਪਹਿਲਾਂ ਹੀ ਸਬਸਕ੍ਰਾਈਬ ਹੋਇਆ ਹੋਇਆ ਹੁੰਦਾ ਚੈਨਲ, ਅਤੇ ਆਪਾਂ ਜਦੋਂ ਆਪਾਂ ਉਹਦੇ 'ਤੇ ਦੁਬਾਰੇ ਕਲਿੱਕ ਕਰਦੇ ਹਾਂ ਫਿਰ ਉਹ ਅਨਸਬਸਕ੍ਰਾਈਬ ਹੋ ਜਾਂਦਾ। ਅਤੇ ਬਾਕੀ ਵੀਡੀਓ ਆਪਣੇ ਚੈਨਲ 'ਤੇ ਆਪਾਂ ਐਵੇਂ ਹੀ ਪਾਉਂਦੇ ਰਹਾਂਗੇ, ਤੁਸੀਂ ਸਾਥ ਦਿਓ। ਅਤੇ ਠੀਕ ਆ ਜੀ, ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ ਜੀ।